ਅੱਜ ਤੁਸੀਂ ਬੈਂਕ ਦੀ ਨੌਕਰੀ ਛੱਡ ਕੇ ਆਪਣਾ ਸੈਟਅਪ ਲਾਇਆ ਵਾ, ਛੋਟੇ ਮੋਟਿਆਂ ਦਾ ਕੰਮ ਕਰ ਰਹੇ ਹੋ ਜੀ, ਕੀ ਮੈਸੇਜ ਦੇਣਾ ਚਾਹੁੰਦੇ ਹੋ? ਛੇ ਸੌ ਯੂਨਿਟ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ, 90% ਘਰਾਂ ਨੂੰ ਉਹਦਾ ਫਾਇਦਾ ਹੋਇਆ। ਹੁਣ ਪੰਜਾਬ ਵਾਸੀਆਂ ਨੂੰ ਹਰ ਮਹੀਨੇ ਬਿਜਲੀ ਦੇ ਬਿੱਲ ਦੀ ਚਿੰਤਾ ਨਹੀਂ ਹੁੰਦੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ 600 ਯੂਨਿਟ ਬਿਜਲੀ ਮੁਫ਼ਤ ਦੇ ਐਲਾਨ ਨਾਲ ਲੱਖਾਂ ਪਰਿਵਾਰਾਂ ਨੂੰ ਫਾਇਦਾ ਹੋ ਰਿਹਾ। ਮੁਫ਼ਤ ਬਿਜਲੀ ਗਾਰੰਟੀ ਤਹਿਤ 90% ਤੋਂ ਵੱਧ ਘਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਤੇ ਲੋਕ ਇਸ ਬਚਤ ਨਾਲ ਆਪਣੇ ਦੂਸਰੇ ਕੰਮ ਵੀ ਨਿਪਟਾ ਰਹੇ ਨੇ। ਨਮਸਕਾਰ ਜੀ, ਸਭਸੇ ਪਹਿਲੇ ਮੈਂ ਸੀ ਐਮ ਸਾਹਿਬ ਜੀ ਕਾ ਧੰਨਵਾਦ ਕਰਨਾ ਚਾਹਤਾ ਹੂੰ, ਜਿਨ੍ਹੋਂਨੇ ਯੇ ਇਸ ਮਹਿੰਗਾਈ ਕੇ ਦੌਰ ਮੈਂ 600 ਯੂਨਿਟ ਫ੍ਰੀ ਵਾਲੀ ਬਿਜਲੀ ਕੀ ਜੋ ਸਕੀਮ ਚਲਾਈ ਹੈ, ਇਸੇ ਹਮੇਂ ਬਹੁਤ ਰਾਹਤ ਮਿਲੀ ਹੈ। ਇਸ ਚੀਜ਼ ਕੇ ਲਈ ਮੈਂ ਦੁਬਾਰਾ ਫਿਰ ਸੇ ਧੰਨਵਾਦ ਕਰਨਾ ਚਾਹਤਾ ਹੂੰ ਸੀ ਐਮ ਸਾਹਿਬ ਕਾ। ਸਤਿ ਸ਼੍ਰੀ ਅਕਾਲ, ਮੈਂ ਹਾਂ ਰਮਨਦੀਪ ਜ਼ੀਰਕਪੁਰ ਤੋਂ। ਮੈਂ ਸੀ ਐਮ ਭਗਵੰਤ ਮਾਨ ਜੀ ਦਾ ਦਿਲੋਂ ਧੰਨਵਾਦ ਕਰਨਾ ਚਾਹੁੰਦੀ ਹਾਂ, ਜਿਨ੍ਹਾਂ ਨੇ 600 ਯੂਨਿਟ ਮਾਫ਼ ਕੀਤੀ ਔਰ ਜਿਹਦੇ ਨਾਲ ਸਾਡਾ ਖਰਚੇ ਘੱਟ ਹੋਏ ਔਰ ਪੈਸੇ ਵੀ ਬਚਣੇ ਸ਼ੁਰੂ ਹੋ। ਬਿਜਲੀ ਦੇ ਖੇਤਰ ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੇ ਇਤਿਹਾਸ ਚ ਸ਼ੁਰੂ ਕੀਤੀ ਇਸ ਨਵੀਂ ਪਰੰਪਰਾ ਦੇ ਨਾਲ ਲੋਕ ਬੇਹੱਦ ਖੁਸ਼ ਹਨ। ਮੈਸੇਜ ਵੀਰ ਜੀ, ਮੈਂ ਤਾਂ ਇਹੀ ਦੇਣਾ ਚਾਹੂੰਗਾ ਕਿ ਆਪਣੇ ਕੰਮ ਦੀ ਰੀਸ ਨਹੀਂ ਹੈ, ਕਿਸੇ ਦੀ ਗੁਲਾਮੀ ਕਰਨ ਨਾਲੋਂ ਚੰਗਾ ਕਿ ਤੁਸੀਂ ਆਪਣਾ ਕੰਮ ਕਰੋ। 17 ਸਾਲ ਮੈਂ ਬੈਂਕ ਦੀ ਜੋਬ ਕੀਤੀ ਹੈ ਜੀ, ਪ੍ਰਾਈਵੇਟ ਬੈਂਕ ਦੇ ਵਿੱਚ, ਠੀਕ ਹੈ ਜੀ। ਤੇ ਮੇਰਾ ਮੈਂ ਪਰਸਨਲ ਐਕਸਪੀਰੀਅੰਸ ਮੇਰਾ ਇਹੀ ਰਿਹਾ ਹੈ ਕਿ ਉਹ ਗੁਲਾਮੀ ਹੈ। ਯਾਰ ਕਿਉਂ ਨਾ ਇੱਥੇ ਕੰਮ ਕੀਤਾ ਜਾਏ, ਅਸੀਂ ਆਪਣੇ ਬਜ਼ੁਰਗ ਮਾਂ ਪਿਓ ਨੂੰ ਛੱਡ ਕੇ ਬਾਹਰ ਚਲੇ ਜਾਂਦੇ ਹਾਂ, ਉਹ ਦੁੱਖ ਲੱਗਦਾ ਹੈ ਚੀਜ਼ ਸੁਣ ਕੇ। ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ। ਅੱਜ ਦੀ ਨੌਜਵਾਨ ਪੀੜ੍ਹੀ ਜਿਹੜੀ ਆ ਉਹ ਵਿਦੇਸ਼ਾਂ ਨੂੰ ਪਲਾਨ ਕਰ ਰਹੀ ਆ, ਪਰ ਪ੍ਰਵਾਸੀ ਮਜ਼ਦੂਰ ਆ ਕੇ ਇੱਥੇ ਛੋਟੇ ਛੋਟੇ ਕੰਮ ਜਿਹੜੇ ਆ ਉਹ ਕਰਕੇ ਤੇ ਲੱਖਾਂ ਰੁਪਏ ਕਮਾ ਰਹੇ ਆ। ਇੱਕ ਮਿਸਾਲ ਆ ਸਾਡੇ ਨਾਲ ਨੇ ਮਨਦੀਪ ਸਿੰਘ, ਜਿਨ੍ਹਾਂ ਨੇ ਪੰਜਾਬ ਦੇ ਵਿੱਚ ਹੀ ਰਹਿ ਕੇ ਛੋਲੇ ਭਟੂਰਿਆਂ ਦਾ ਕੰਮ ਕੀਤਾ ਅਤੇ ਬੈਂਕ ਦੀ ਨੌਕਰੀ, ਇੱਕ ਪ੍ਰਾਈਵੇਟ ਬੈਂਕ ਦੀ ਨੌਕਰੀ ਛੱਡ ਕੇ ਉਹਨਾਂ ਨੇ ਇਹ ਕੰਮ ਕੀਤਾ। ਉਹਨਾਂ ਦਾ ਕਹਿਣਾ ਕਿ ਗੁਲਾਮੀ ਨਾਲੋਂ ਚੰਗਾ ਆਪਣਾ ਕੰਮ ਕੀਤਾ, ਦੂਸਰੇ ਨੌਜਵਾਨਾਂ ਵਾਸਤੇ ਮਿਸਾਲ ਬਣੇ ਆ। ਗੱਲਬਾਤ ਕਰਦੇ ਹਾਂ ਜੀ, ਦੈਨਿਕ ਸਵੇਰਾ ਤੇ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਅੱਜ ਤੁਸੀਂ ਬੈਂਕ ਦੀ ਨੌਕਰੀ ਛੱਡ ਕੇ ਆਪਣਾ ਸੈਟਅਪ ਲਾਇਆ ਵਾ, ਛੋਟੇ ਮੋਟਿਆਂ ਦਾ ਕੰਮ ਕਰ ਰਹੇ ਹੋ ਜੀ, ਕੀ ਮੈਸੇਜ ਦੇਣਾ ਚਾਹੁੰਦੇ ਹੋ? ਮੈਸੇਜ ਵੀਰ ਜੀ, ਮੈਂ ਤਾਂ ਇਹੀ ਦੇਣਾ ਚਾਹੂੰਗਾ ਕਿ ਆਪਣੇ ਕੰਮ ਦੀ ਰੀਸ ਨਹੀਂ ਹੈ, ਕਿਸੇ ਦੀ ਗੁਲਾਮੀ ਕਰਨ ਨਾਲੋਂ ਚੰਗਾ ਕਿ ਤੁਸੀਂ ਆਪਣਾ ਕੰਮ ਕਰੋ, ਠੀਕ ਹੈ ਜੀ। ਕਿਸੇ ਦੇ ਅਧੀਨ ਨਾ ਰਹੋ, ਕੋਈ ਸਿਰ ਤੇ ਪ੍ਰੈਸ਼ਰ ਨਾ ਹੋਏ ਤੁਹਾਡੇ, ਖੁੱਲ੍ਹ ਕੇ ਕੰਮ ਕਰੋ, ਆਪਣੀ ਪਰਸਨਲ ਲਾਈਫ ਨੂੰ ਵੀ ਟਾਈਮ ਦਿਓ, ਸਾਰਾ ਟਾਈਮ ਤੁਸੀਂ ਇੱਦਾਂ ਹੀ ਨਾ ਗਵਾ ਦਿਓ ਕਿ ਤੁਸੀਂ ਆਪਣੀ ਪਰਸਨਲ ਲਾਈਫ ਹੀ ਵੇਸਟ ਕਰ ਦਿਓ। ਬੈਂਕ ਦੇ ਵਿੱਚ ਨੌਕਰੀ ਕਰਨਾ ਲੋਕਾਂ ਦਾ ਸੁਪਨਾ ਹੁੰਦਾ, ਲੇਕਿਨ ਤੁਸੀਂ ਉਹ ਨੌਕਰੀ ਛੱਡ ਕੇ ਜੀ, ਉਹਦੇ 'ਚ ਇਹਦੇ ਕਿੰਨਾ ਕੁ ਡਿਫਰੈਂਸ ਆ? ਬਈ ਜ਼ਮੀਨ ਅਸਮਾਨ ਦਾ ਫਰਕ ਹੈ ਜੀ। ਮੈਂ ਚਲੋ ਬੈਂਕ ਨੂੰ 17 ਸਾਲ ਮੈਂ ਬੈਂਕ ਦੀ ਜੋਬ ਕੀਤੀ ਹੈ ਜੀ, ਪ੍ਰਾਈਵੇਟ ਬੈਂਕ ਦੇ ਵਿੱਚ, ਠੀਕ ਹੈ ਜੀ। ਤੇ ਮੇਰਾ ਮੈਂ ਪਰਸਨਲ ਐਕਸਪੀਰੀਅੰਸ ਮੇਰਾ ਇਹੀ ਰਿਹਾ ਹੈ ਕਿ ਉਹ ਗੁਲਾਮੀ ਹੈ, ਜਿਸ ਤਰ੍ਹਾਂ ਵੀ ਹੋ ਸਕਦਾ। ਮੈਂ ਉਹ ਤਾਂ ਜ਼ਿਆਦਾ ਉਹਨੂੰ ਵੀ ਲੈਬੋਰੇਟ ਨਹੀਂ ਕਰਾਂਗਾ, ਤੁਸੀਂ ਸਮਝਦਾਰ ਹੀ ਹੋ, ਤੁਹਾਨੂੰ ਵੀ ਪਤਾ ਹੀ ਹੈ ਕਿ ਅੱਜ ਕੱਲ੍ਹ ਕਿਸ ਤਰ੍ਹਾਂ ਦਾ ਦੌਰ ਚੱਲ ਰਿਹਾ। ਨੌਜਵਾਨ ਪੀੜ੍ਹੀ ਜਿਹੜੀ ਆ ਉਹ ਸਾਰੀ ਬਾਹਰ ਨੂੰ ਹੀ ਰੁੱਖ ਕਰ ਰਹੀ ਆ,
ਵੇਖੋ ਵੇਖੀ ਇੱਕ ਦੌੜ ਲੱਗੀ ਹੋਈ ਆ, ਪੈਸੇ ਦੀ ਦੌੜ ਲੱਗੀ ਹੋਈ ਆ, ਕੋਈ ਕਿਸੇ ਨਾਲ ਮਾਂ ਪਿਓ ਦਾ ਵੀ ਮੋਹ ਪਿਆਰ ਨਹੀਂ ਰਹਿ ਗਿਆ ਬੱਚਿਆਂ ਦਾ, ਅੱਜ ਕੱਲ੍ਹ ਜਿਹੜੇ ਚਲੇ ਜਾਂਦੇ ਆ ਉਹ ਬਾਅਦ ਵਿੱਚ ਵਾਪਸ ਹੀ ਨਹੀਂ ਆਉਂਦੇ, ਮਾਂ ਪਿਓ ਮੂੰਹ ਵੱਲ ਦੇਖਦੇ ਰਹਿੰਦੇ ਆ, ਵੇਟ ਕਰਦੇ, ਫੋਨ ਦੀ ਵੇਟ ਕਰਦੇ ਆ, ਕਿਉਂਕਿ ਮੇਰਾ ਤਾਂ ਪਰਸਨਲ ਐਕਸਪੀਰੀਅੰਸ ਆ, ਅਸੀਂ ਤਾਂ ਦੇਖ ਰਹੇ ਹਾਂ ਕਿ ਕਿਸ ਤਰ੍ਹਾਂ ਜਦੋਂ ਕਿਸੇ ਨੂੰ ਮਿਲਣ ਜਾਈਦਾ ਆ, ਕਸਟਮਰ ਦੇ ਕੋਲ ਜਾਈਦਾ ਸੀਗਾ, ਉਹਨਾਂ ਨੂੰ ਪੁੱਛੀਦਾ ਸੀ ਕਿਸ ਤਰ੍ਹਾਂ, ਉਹ ਕਹਿੰਦੇ ਕਿ ਸਾਡੇ ਦੋਨੋਂ ਬੱਚੇ ਆ ਦੋਨੋਂ ਬਾਹਰ ਨੇ। ਇਸ ਚੀਜ਼ ਨੂੰ ਲੈ ਕੇ ਮਤਲਬ ਮੇਰੇ ਮਨ 'ਚ ਵੀ ਇਹੀ ਆਉਂਦਾ ਕਿ ਯਾਰ ਕਿਉਂ ਨਾ ਇੱਥੇ ਕੰਮ ਕੀਤਾ ਜਾਏ, ਅਸੀਂ ਆਪਣੇ ਬਜ਼ੁਰਗ ਮਾਂ ਪਿਓ ਨੂੰ ਛੱਡ ਕੇ ਬਾਹਰ ਚਲੇ ਜਾਂਦੇ ਹਾਂ, ਉਹ ਦੁੱਖ ਲੱਗਦਾ ਇਹ ਚੀਜ਼ ਸੁਣ ਕੇ। ਹਾਂਜੀ, ਇਹ ਮੇਰੀ ਮੈਂ ਇੱਕ ਰੀਅਲ ਤੁਹਾਨੂੰ ਘਟਨਾ ਦੱਸਦਾ, ਸਾਡੇ ਇੱਥੇ ਲਾਗੇ ਪਿੰਡ ਹੈਗਾ ਜਿੱਥੇ ਮੇਰੀ ਬ੍ਰਾਂਚ ਸੀਗੀ, ਅਤੇ ਉੱਥੇ ਮੈਂ ਕਸਟਮਰ ਸੀਗੇ ਮੇਰੇ ਬੜੇ ਖਾਸ ਕਸਟਮਰ ਸੀਗੇ, ਉਹਨਾਂ ਦੇ ਨਾਲ ਇਸ ਤਰ੍ਹਾਂ ਹੀ ਮੈਂ ਪਿੰਡ 'ਚੋਂ ਲੰਘ ਰਿਹਾ ਸੀਗਾ ਅਤੇ ਮੈਂ ਉਹਨਾਂ ਨੂੰ ਫੋਨ ਕੀਤਾ, ਮੈਂ ਅੰਕਲ ਮੈਂ ਇੱਧਰ ਤੁਹਾਡੇ ਪਿੰਡ 'ਚ ਆਇਆ ਵਾਂ, ਅਤੇ ਉਹ ਚਲੋ ਬੈਠ ਕੇ ਉਹਨਾਂ ਦੇ ਕੋਲ, ਕਹਿੰਦੇ ਘਰ ਆ ਜਾ ਅਸੀਂ ਚਾਹ ਪਾਣੀ ਪੀਂਦੇ ਹਾਂ, ਬੈਠੇ ਮੈਂ ਵੈਸੇ ਹੀ ਪੁੱਛ ਲਿਆ ਉਹਨਾਂ ਨੂੰ, ਮੈਂ ਵੀ ਬਾਈ ਕਿਸ ਤਰ੍ਹਾਂ ਬੱਚੇ ਠੀਕ ਠਾਕ ਨੇ, ਬੇਟੇ ਠੀਕ ਨੇ, ਉਹ ਇੱਕਦਮ ਅੱਖਾਂ ਭਰ ਗਈਆਂ ਉਹਨਾਂ ਦੀਆਂ, ਉਹ ਮਤਲਬ ਅੱਖਾਂ ਭਰ ਭਰ ਕੇ ਰੋਣ ਲੱਗ ਪਏ, ਮੈਂ ਡਰ ਗਿਆ, ਮੈਂ ਯਾਰ ਕੀ ਗੱਲ ਹੋਈ ਆ ਅੰਕਲ ਜੀ, ਸਭ ਖੈਰ ਸੁੱਖ ਆ? ਉਹ ਕਹਿੰਦੇ ਕਿ ਤੂੰ ਮੇਰੀ ਦੁੱਖ ਦੀ ਰੱਗ 'ਤੇ ਪੈਰ ਰੱਖ ਦਿੱਤਾ ਮਨਦੀਪ ਸਿੰਘ। ਮੈਂ ਕੀ ਗੱਲ ਹੋ ਗਈ ਆ? ਕਹਿੰਦੇ ਯਾਰ 6 ਮਹੀਨੇ ਹੋ ਗਏ ਆ, ਕਹਿੰਦਾ ਦੋਨੋਂ ਮੁੰਡੇ ਆ, ਛੋਟਾ ਥੋੜ੍ਹੀ ਦੇਰ ਪਹਿਲਾਂ ਹੀ ਬਾਹਰ ਗਿਆ ਸੀਗਾ, ਕਹਿੰਦਾ 6 ਮਹੀਨੇ ਤੱਕ ਅੱਜ ਤੱਕ ਕਿਸੇ ਨੇ ਦੋਨਾਂ 'ਚੋਂ ਫੋਨ ਨਹੀਂ ਕੀਤਾ। ਉਹ ਇਹੀ ਚੀਜ਼ ਲੈ ਕੇ ਮੈਨੂੰ ਬੜਾ ਧੱਕਾ ਵੀ ਲੱਗਾ ਕਿ ਯਾਰ ਬੰਦਾ ਕਿਸ ਵਾਸਤੇ ਕਰ ਰਿਹਾ ਸਾਰਾ ਕੁਛ, ਆਪਣੇ ਬੱਚਿਆਂ ਦੀ ਔਲਾਦ ਦੇ ਖਾਤਰ, ਅਤੇ ਜੇ ਔਲਾਦ ਹੀ ਇਸ ਤਰ੍ਹਾਂ ਛੱਡ ਛੱਡ ਕੇ ਬਾਹਰ ਜਾ ਰਹੀ ਆ ਪੈਸੇ ਦੇ ਕਰਕੇ, ਤਾਂ ਉਹ ਬੰਦੇ ਚੰਗੇ ਭਲੇ ਲੈਂਡਲੋਰਡ ਬੰਦੇ ਨੂੰ, ਉਹ ਬੰਦਾ ਰੋਣ ਲੱਗ ਗਿਆ ਮੈਨੂੰ ਗੱਲ 'ਚ, ਮੈਂ ਲਿਆ ਉਹਨਾਂ ਨੂੰ, ਕਹਿੰਦਾ ਯਾਰ ਮੈਂ 6 ਕਿੱਲੇ ਸੀਗੇ ਉਸ ਬੰਦੇ ਦੇ, 6 ਕਿੱਲੇ ਤੋਂ ਉਹਨੇ 38 ਕਿੱਲੇ ਪਹਿਲੀ ਬਣਾਈ ਆਪਣੀ, ਔਰ ਉਹ ਆਪਣੀ ਦੱਸ ਰਿਹਾ ਸੀਗਾ ਕਿ ਇੱਥੇ ਕੁਛ ਨਹੀਂ ਹੈਗਾ, ਪੈਸੇ ਦੀ ਦੌੜ ਲੱਗੀ ਹੋਈ ਆ। ਇਸ ਕਰਕੇ ਮੈਂ ਕਹਿੰਦਾ ਕਿ ਇੱਥੇ ਕਮਾ ਲਓ, ਥੋੜ੍ਹਾ ਕਮਾ ਲਓ, ਮਾਂ ਪਿਓ ਦੇ ਕੋਲ ਰਹੋ, ਮੋਹ ਪਿਆਰ ਟੁੱਟ ਜਾਂਦਾ ਆ, ਜਦੋਂ ਬਾਹਰ ਚਲੇ ਜਾਂਦੇ ਆ ਨਾ ਫਿਰ ਖਤਮ ਹੋ ਜਾਂਦੀ ਕਹਾਣੀ। ਤੁਹਾਡੇ ਪਰਿਵਾਰ ਦੇ ਵਿੱਚ ਕੌਣ ਕੌਣ? ਮੇਰੇ ਪਰਿਵਾਰ ਦੇ ਵਿੱਚ ਮੇਰੇ ਮਾਤਾ ਜੀ ਨੇ, ਮੇਰੀ ਵਾਈਫ ਹੈ, ਮੇਰੇ 2 ਬੱਚੇ ਹੈ, ਬੇਟੀਆਂ ਮੇਰੀਆਂ 2। ਬੜਾ ਸਕੂਨ ਮਿਲ ਰਿਹਾ, ਬੜਾ ਵਧੀਆ ਲੱਗ ਰਿਹਾ। ਹੁਣ ਜੇ ਗੱਲ ਕੀਤੀ ਜਾਵੇ ਤੇ ਜਿਸ ਤਰੀਕੇ ਦੇ ਨਾਲ ਤੁਸੀਂ ਬਾਪ ਵੀ ਹੋ ਤੇ ਮਾਂ ਬਾਪ ਤੇ ਬੱਚੇ ਵੀ ਹੋ, ਸੈਂਟਰ ਪੁਆਇੰਟ ਦੇ ਉੱਤੇ ਤੁਸੀਂ ਖੜੇ ਹੋ, ਜੇ ਅੱਜ ਤੁਹਾਨੂੰ ਬੱਚਿਆਂ ਦਾ ਪਿਆਰ ਵੀ ਮਿਲ ਰਿਹਾ, ਮਾਂ ਦਾ ਪਿਆਰ ਵੀ ਮਿਲ ਰਿਹਾ, ਵਿਦੇਸ਼ ਦੇ ਵਿੱਚ ਹੁੰਦੇ ਤੇ ਕਿਤੇ ਨਾ ਕਿਤੇ ਮਾਂ ਪਿਓ ਦੇ ਪਿਆਰ ਤੋਂ ਤੇ ਬੱਚਿਆਂ ਦੇ ਪਿਆਰ ਤੋਂ ਮਤਲਬ ਮਤਲਬ ਵਾਂਝੇ ਰਹਿ ਜਾਣਾ ਸੀ, ਅੱਜ ਉਸ ਚੀਜ਼ ਨੂੰ ਕਿੱਦਾਂ ਫੀਲ ਕਰਦੇ ਹੋ? ਨਹੀਂ ਜੀ, ਇਹੀ ਸੋਚ ਤਾਂ ਇਹੀ ਸੋਚ ਕੇ ਤਾਂ ਅਸੀਂ ਇੱਥੇ ਠਹਿਰੇ ਹੋਏ ਹਾਂ ਕਿ ਕੀ ਲੈ ਕੇ ਕੀ ਜਾਣਾ ਇੱਥੋਂ, ਪੈਸਾ ਹੀ ਸਭ ਕੁਛ ਨਹੀਂ ਹੈ, ਅਸੀਂ ਬਾਹਰ ਧੱਕੇ ਖਾਂਦੇ ਹਾਂ, ਬਾਹਰ ਫੋਨ ਕਰਦੇ ਹਾਂ ਕਿ ਕਿਸ ਤਰ੍ਹਾਂ, ਮਤਲਬ ਉਹ ਚੀਜ਼ ਹੈ ਹੀ ਨਹੀਂ, ਰਹਿ ਹੀ ਨਹੀਂ ਗਈ ਹੈਗੀ। ਸਭ ਤੋਂ ਵੱਡੀ ਗੱਲ ਇਹ ਹੈ ਕਿ ਮਾਂ ਪਿਓ ਦਾ ਸਹਾਰਾ ਬਣਨਾ ਚਾਹੀਦਾ, ਕਿਉਂਕਿ ਜਿਸ ਵਾਸਤੇ ਉਹਨਾਂ ਨੇ ਸਾਨੂੰ ਪਾਲਿਆ ਪੋਸਿਆ ਵੱਡਿਆ ਕੀਤਾ ਆ, ਇੱਥੋਂ ਤੱਕ ਪਹੁੰਚਾਇਆ, ਇਸ ਵਾਸਤੇ ਕਰਦੇ, ਅਸੀਂ ਵੀ ਤਾਂ ਇਹੀ ਸੋਚਦੇ ਨੇ ਕਿ ਸਾਡੇ ਬੱਚੇ ਆ ਵੱਡੇ ਹੋ ਕੇ ਸਾਡੀ ਕੇਅਰ ਕਰਨਗੇ ਜਾਂ ਕਿਸ ਤਰ੍ਹਾਂ, ਤਾਂ ਜੇ ਅਸੀਂ ਉਹਨਾਂ ਨੂੰ ਉਸ ਉਮਰ ਦੇ ਵਿੱਚ ਛੱਡ ਕੇ ਅਸੀਂ ਬਾਹਰ ਚਲੇ ਜਾਂਦੇ ਹਾਂ ਜਦੋਂ ਦਵਾਈ ਦਾਰੂ ਦੀ ਲੋੜ ਹੁੰਦੀ ਆ, ਹੱਡ ਪੈਰ ਕੰਮ ਕਰਨਾ ਬੰਦ ਕਰ ਦਿੰਦੇ ਆ, ਤਾਂ ਫਿਰ ਬੱਚਿਆਂ ਦੇ ਮੂੰਹ ਵੱਲ ਹੀ ਵੇਖਦਾ ਬੰਦਾ, ਤਾਂ ਜੇ ਉਹ ਸਹਾਰਾ ਹੀ ਨਹੀਂ ਰਿਹਾ ਬਾਹਰ ਚਲੇ ਗਏ ਤਾਂ ਫਿਰ ਕੌਣ ਹੈ? ਇਸ ਚੀਜ਼ ਨੂੰ ਲੈ ਕੇ ਮੈਂ ਕਹਿੰਦਾ ਕਿ ਇੱਥੇ ਕੰਮ ਕਰੋ, ਆਪਣੇ ਹੱਡ ਭੰਨੋ, ਇੱਥੇ ਭੰਨੋ, ਸਭ ਕੁਝ ਮਿਲਦਾ ਜੀ ਇੱਥੇ। ਜਿਸ ਤਰ੍ਹਾਂ ਪ੍ਰਵਾਸੀ ਜਿਹੜੇ ਆ ਕਿ ਹਰ ਤਰੀਕੇ ਦਾ ਕਾਰੋਬਾਰ ਉਹਨਾਂ ਨੇ ਸਾਂਭ ਲਿਆ ਤੇ ਬੜੀ ਮੋਟੀ ਰਕਮ ਕਮਾ ਰਹੇ ਆ, ਆਪਣੇ ਜੇ ਕਹਿ ਦਈਏ ਕਿ ਦੁਬਈ ਦੇ ਵਿੱਚ ਆ ਤੇ ਉਹ ਕਹਿੰਦੀ ਕਿ ਪੰਜਾਬ ਸਾਡਾ ਦੁਬਈ ਆ, ਅੱਜ ਤੁਸੀਂ ਇੱਥੇ ਕੰਮ ਕਰ ਰਹੇ ਹੋ ਤੇ ਇਨਕਮ ਕਿੰਨਾ ਦੀ ਆ, ਕਿਉਂਕਿ ਦੂਸਰੇ ਭੈਣ ਭਰਾਵਾਂ ਨੂੰ ਦੱਸੋ ਤਾਂ ਕਿ ਲੋਕ ਜਿਹੜੇ ਆ ਆਪਣੇ ਕਿਤੇ ਨਾ ਜੁੜ ਸਕਣ ਜੀ। ਬਹੁਤ ਵਧੀਆ ਜੀ, ਬਹੁਤ ਵਧੀਆ ਰਿਸਪੋਂਸ ਆ ਰਿਹਾ ਆ ਜੀ, ਅਗਰ ਤੁਸੀਂ ਅੱਛੇ ਤਰੀਕੇ ਨਾਲ ਇੱਥੇ ਕੰਮ ਕਰੋਗੇ ਤਾਂ ਸਭ ਕੁਝ ਮਿਲਦਾ ਇੱਥੇ। ਇੱਕ ਬਾਕੀ ਹੈ ਕਿ ਨੀਅਤ ਬੰਦੇ ਦੀ ਸਾਫ਼ ਹੋਣੀ ਚਾਹੀਦੀ ਆ, ਕਿਸੇ ਨਾਲ ਧੋਖੇਬਾਜ਼ੀ ਧੋਖਾਧੜੀ ਨਾ ਕਰੋ, ਪਰਮਾਤਮਾ ਸਭ ਕੁਝ ਦਿੰਦਾ ਆ, ਨੀਅਤ ਨੂੰ ਕਹਿੰਦੇ ਨੀਅਤ ਨਾਲ, ਨੀਅਤ ਨੂੰ ਮੁਰਾਦ ਹੁੰਦੀ ਆ, ਠੀਕ ਹੈ ਜੀ।
ਵੈਸੇ ਤਾਂ ਕੋਈ ਵੀ ਮਤਲਬ ਇੰਡੀਆ ਨਾ ਇੱਕ ਦੂਸਰੇ ਨੂੰ ਕਿਸੇ ਵੀ ਸੂਬੇ ਦੇ ਵਿੱਚ ਜਾ ਕੇ ਕੰਮ ਕਰਨ ਦਾ ਅਧਿਕਾਰ ਹੈ, ਲੇਕਿਨ ਜ਼ਿਆਦਾਤਰ ਪੰਜਾਬੀ ਜਿਹੜੇ ਆ ਬੀੜੀ ਤੰਬਾਕੂ ਤੋਂ ਰਹਿਤ ਨੇ, ਉਹ ਲੱਗਿਆ ਵੀ ਹੱਥ ਲੱਗਿਆ ਵੀ ਪਸੰਦ ਨਹੀਂ ਕਰਦੇ, ਅਤੇ ਆਪਾਂ ਉਹਨਾਂ ਕੋਲ ਖਾ ਰਹੇ ਹਾਂ। ਅਤੇ ਜੇ ਹੁਣ ਆਪਣੇ ਭੈਣ ਭਰਾ ਜਿਹੜੇ ਆ ਇਸ ਕਿੱਤੇ ਦੇ ਵਿੱਚ ਆ ਰਹੇ ਆ ਅਤੇ ਲੋਕਾਂ ਦਾ ਸਪੋਰਟ ਕਿੱਦਾਂ ਨਹੀਂ ਮਿਲੇਗੀ? ਮੈਂ ਤਾਂ ਇਹੀ ਕਹਿ ਰਿਹਾ ਕਿ ਦੇਖੋ ਖਾਣਾ ਪੀਣਾ ਉਹ ਅਲੱਗ ਚੀਜ਼ ਹੈ, ਕੋਈ ਬੀੜੀ ਸ਼ਰਾਬ ਮਾਸ ਤੰਬਾਕੂ ਜਿਹੜੇ ਖਾਂਦੇ ਆ ਉਹ ਤਾਂ ਇਹ ਤਾਂ ਵੈਸੇ ਅਸੀਂ ਤਾਂ ਇਹਨਾਂ ਦੇ ਲਾਗੇ ਵੀ ਨਹੀਂ ਜਾਂਦੇ। ਹਾਂਜੀ ਹਾਂਜੀ ਹਾਂਜੀ, ਮੈਂ ਤਾਂ ਵੈਸੇ ਵੀ ਅਸੀਂ ਇਹ ਚੀਜ਼ ਨੂੰ ਪਸੰਦ ਹੀ ਨਹੀਂ ਕਰਦੇ ਹੈਗੇ। ਬਾਕੀ ਟ੍ਰੈਂਡ ਬਣਿਆ ਹੋਇਆ ਹੈ, ਭੇਟ ਚਾਲ ਹੈ, ਜਿਸ ਤਰ੍ਹਾਂ ਵੀ ਹੈ, ਬਾਕੀ ਸਾਫ਼ ਸੁਥਰਾ ਕੰਮ ਕਰੋ। ਅੱਜ ਕੱਲ੍ਹ ਲੋਕਾਂ ਦਾ ਟ੍ਰੈਂਡ ਹੈਗਾ ਕਿ ਪੈਸੇ ਨੂੰ ਪੈਸਾ ਮੈਟਰ ਨਹੀਂ ਕਰਦਾ, ਲੋਕ ਟੇਸਟ ਕੁਆਲਿਟੀ ਦੇਖਦੇ ਆ। ਮੇਰੇ ਕੋਲ ਵੀਰ ਜੀ ਇੱਥੇ ਭਟੂਰੇ ਛੋਲੇ ਆ, ਅੰਮ੍ਰਿਤਸਰੀ ਭਟੂਰੇ ਛੋਲੇ, ਪਲੱਸ ਨਾਲ ਮੱਠੀ ਛੋਲੇ ਆ, ਭਿੱਜਾ ਕੁਲਚਾ ਮਿਲੇਗਾ ਤੁਹਾਨੂੰ, ਔਰ ਅੰਮ੍ਰਿਤਸਰ ਦਾ ਕੁਲਚਾ ਜਿਹੜਾ ਅੰਮ੍ਰਿਤਸਰੀ ਹੋਏਗਾ। ਹਾਂਜੀ, ਪਹਿਲੀ ਵਾਰ ਬਟਾਲੇ ਦੇ ਵਿੱਚ ਜਿਹੜਾ ਅੰਮ੍ਰਿਤਸਰੀ ਕੁਲਚਾ ਜਿਹੜਾ ਤੁਸੀਂ ਦੇ ਰਹੇ? ਬਿਲਕੁਲ ਸਰ, ਬਿਲਕੁਲ, ਭਿੱਜਾ ਕੁਲਚਾ ਇੱਥੋਂ ਅੰਮ੍ਰਿਤਸਰੀ ਮਿਲੇਗਾ ਤੁਹਾਨੂੰ, ਟੇਸਟ ਕਰਕੇ ਦੇਖੋ, ਮਜ਼ਾ ਆਏਗਾ। ਸੋ ਦੇਖ ਸਕਦੇ ਹੋ ਕਿ ਸਾਡਾ ਵੀ ਫਰਜ਼ ਬਣਦਾ ਕਿ ਜੇ ਕੋਈ ਪੰਜਾਬੀ ਭਰਾ ਕਾਰੋਬਾਰ ਕਰਦਾ ਤੇ ਉਹ ਵੱਧ ਤੋਂ ਵੱਧ ਉਹਦੇ ਕੋਲ ਆਈਏ ਤੇ ਖਰੀਦੋ ਫਰੋਖਤ ਕਰੀਏ, ਤਾਂ ਜੋ ਦੂਸਰਿਆਂ ਦੇ ਵਾਸਤੇ ਵੀ ਇੱਕ ਮਿਸਾਲ ਪੈਦਾ ਕੀਤੀ ਜਾ ਸਕੇ। ਕੈਮਰਾਮੈਨ ਸੋਨੀ ਦੇ ਨਾਲ ਸਰਵਨ ਸਿੰਘ ਘੁਮਾਨ, ਬਟਾਲਾ, ਗੁਰਦਾਸਪੁਰ। ਭਾਜੀ ਆਪਣਾ ਨਾਮ ਦੱਸਿਓ। ਮੇਰਾ ਨਾਮ ਜੀ ਰਵਿੰਦਰ ਆ। ਸਰ ਕਿੱਦਾਂ ਲੱਗਦਾ ਪਿਆ ਵਿਅਕਤੀ ਜਿਹੜਾ ਕੰਮ ਕਰਦਾ ਪਿਆ ਬੈਂਕ ਦੀ ਨੌਕਰੀ ਕਰਕੇ? ਭਾਜੀ ਬਹੁਤ ਵਧੀਆ ਲੱਗਣ ਡਿਆ, ਮੁੰਡੇ ਦਾ ਹਿਡਨ ਟੈਲੈਂਟ ਬਾਹਰ ਆਇਆ ਵਾ। ਮੈਂ ਤੁਸੀਂ ਦੇਖੋ ਅਸੀਂ ਪਹਿਲਾਂ ਅੰਮ੍ਰਿਤਸਰ ਖਾਣ ਜਾਂਦੇ ਸੀਗੇ, ਪਰ ਹੁਣ ਉਹ ਚੀਜ਼ ਇੱਥੇ ਮਿਲਣ ਲੱਗ ਪਈ ਆ, ਅਤੇ ਬੜੀ ਹਿੰਮਤ ਮਾਰੀ ਹੈ ਮੁੰਡੇ ਨੇ। ਚਲੋ ਕੰਮ ਸ਼ੁਰੂ ਕੀਤਾ ਹੈ ਨਵਾਂ, ਮਾਲਕ ਤਰੱਕੀਆਂ ਬਖਸ਼ੇ, ਅਤੇ ਸਵਾਦ ਵਿੱਚ ਕੋਈ ਕੰਪਰੋਮਾਈਜ਼ ਨਹੀਂ ਆ, ਬਹੁਤ ਵਧੀਆ ਫੂਡ ਆ। ਤੁਸੀਂ ਸਾਰੇ ਜਾਣੇ ਆਓ ਅਤੇ ਇੱਕ ਵਾਰੀ ਜ਼ਰੂਰ ਖਾਓ। ਦੇਖੋ ਕੰਮ ਕਰਨ 'ਚ ਕੋਈ ਸ਼ਰਮ ਨਹੀਂ ਹੋਣੀ ਚਾਹੀਦੀ, ਕੰਮ ਛੋਟਾ ਵੱਡਾ ਕੁਛ ਵੀ ਆ, ਤੁਸੀਂ ਕੰਮ ਕਰਦੇ ਜੇ ਮਾਲਕ ਤਰੱਕੀਆਂ ਬਖਸ਼ਦਾ ਵਾ, ਮਿਹਨਤ ਵਿੱਚ ਕੋਈ ਸ਼ਰਮ ਨਹੀਂ ਆ। ਜੇ ਮੁੰਡਾ ਮਿਹਨਤ ਕਰ ਰਿਹਾ ਉਹ ਆਪਣੇ ਬਲਬੂਤੇ ਤੇ ਕਰ ਰਿਹਾ ਵਾ, ਤਰੱਕੀਆਂ ਮਾਲਕ ਨੇ ਬਖਸ਼ਣੀ ਆ। ਜਿਸ ਤਰ੍ਹਾਂ ਗੱਲ ਕੀਤੀ ਜਾਵੇ ਗ੍ਰੈਜੂਏਟ ਆ, ਹਾਂਜੀ, ਪੜ੍ਹੇ ਲਿਖੇ ਲੋਕ ਜਿਹੜੇ ਕਨਵਿਨਸ ਕਰਦੇ ਕਿ ਮੈਂ ਇੱਥੇ ਕੰਮ ਨਹੀਂ ਕਰਦਾ, ਇਹ ਤਾਂ ਉਹਨਾਂ ਦੀ ਮੈਂਟੈਲਿਟੀ ਆ ਨਾ। ਤੁਸੀਂ ਪੜ੍ਹੇ ਲਿਖੇ ਹੁਣ ਜਿਹੜੇ ਹਰ ਬੰਦਾ ਇੱਕ ਸੀੜੀ ਬਾਏ ਸੀੜੀ ਮਤਲਬ ਚੜ੍ਹਦਾ ਵਾ, ਕੋਈ ਵੀ ਇਹ ਨਹੀਂ ਹੈ ਕਿ ਪਹਿਲਾਂ ਐਂਟਰਪ੍ਰੀਨੋਰ ਬਣ ਜਾਂਦਾ ਵਾ, ਮਾਲਕ ਬਣ ਜਾਂਦਾ ਵਾ, ਸਟੈਪ ਬਾਏ ਸਟੈਪ ਹਰ ਚੀਜ਼ ਹੁੰਦੀ ਆ। ਇਸ ਕਰਕੇ ਮੈਂ ਕਹਿੰਦਾ ਕਿ ਵਧੀਆ ਉਹਦੀ ਹਿੰਮਤ ਵਾ, ਚਲੋ ਇਹ ਤੋਂ ਬਾਅਦ ਕੋਈ ਆਪਣੇ ਕੰਮ ਨੂੰ ਵਧਾਏਗਾ ਕਿਸ ਤਰ੍ਹਾਂ, ਪਰ ਵਧੀਆ ਰਹਿੰਦਾ, ਠੀਕ ਲੱਗਿਆ ਟੇਸਟ। ਜ਼ਰੂਰ ਅੱਜ ਕੱਲ੍ਹ ਹੁਣ ਨਵੀਂ ਪੀੜ੍ਹੀ ਜਿਹੜੀ ਬਾਹਰ ਜਾਈ ਜਾਂਦੀ ਆ, ਮੈਂ ਕਹਿੰਦਾ ਕਿ ਵੇਖੋ ਮੁੰਡੇ ਨੇ ਗ੍ਰੈਜੂਏਟ ਪੋਸਟ ਗ੍ਰੈਜੂਏਸ਼ਨ ਕਰਕੇ ਇਹ ਕੰਮ ਸ਼ੁਰੂ, ਉਹਨੇ ਕੋਈ ਸ਼ਰਮ ਫੀਲ ਨਹੀਂ ਕੀਤੀ, ਇੱਕ ਮਿਹਨਤ ਕਰ ਰਿਹਾ ਆਪਣੀ, ਅਤੇ ਮਿਹਨਤ ਵਿੱਚ ਮੈਂ ਨਹੀਂ ਸਮਝਦਾ ਕੋਈ ਸ਼ਰਮ ਹੋਣੀ ਚਾਹੀਦੀ ਆ। ਅਤੇ ਉਹਨਾਂ ਲੋਕਾਂ ਨੂੰ ਵੀ ਇਹ ਚਾਹੀਦਾ ਵਾ ਕਿ ਜੇ ਤੁਸੀਂ ਬਾਹਰ ਜਾ ਕੇ ਵੀ ਉੱਥੇ ਸਭ ਵੇ ਅਤੇ ਹੋਰ ਥਾਂ 'ਤੇ ਕੰਮ ਕਰਦੇ ਜੇ, ਤਾਂ ਇੱਥੇ ਆ ਕੇ ਤੁਸੀਂ ਆਪਣਾ ਬਿਜ਼ਨਸ ਕਰੋ ਕਿਸੇ ਤਰ੍ਹਾਂ ਦਾ, ਅਤੇ ਮਾਲਕ ਬਣੋ। ਹਾਂਜੀ ਜ਼ਰੂਰ ਆ, ਦੇਖੋ ਤੁਸੀਂ ਆਪਣੇ ਪਰਿਵਾਰ ਨਾਲ ਰਹਿੰਦੇ ਜੇ ਸਾਰੇ ਜਾਣੇ, ਤੁਸੀਂ ਬਾਹਰ ਚਲੇ ਜਾਂਦੇ ਜੇ ਮੁੰਡੇ, ਅਤੇ ਪਿੱਛੋਂ ਇਕੱਲੇ ਮਾਪੇ ਰਹਿੰਦੇ, ਕੋਈ ਧਿਆਨ ਦੇਣ ਵਾਲਾ ਨਹੀਂ ਰਹਿੰਦਾ, ਅਤੇ ਮੈਂ ਕਹਿੰਦਾ ਕਿ ਤੁਸੀਂ ਪਰਿਵਾਰ ਵਿੱਚ ਮਿਲ ਕੇ ਰਹੋ, ਪੈਸਾ ਵੀ ਸਭ ਕੁਝ ਨਹੀਂ ਹੁੰਦਾ, ਪਰਿਵਾਰਕ ਸੁੱਖ ਵੀ ਇੱਕ ਸੁੱਖ ਵਾ।